ਤਰਨਤਾਰਨ ਪੁਲਿਸ ਨੇ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਨਜਾਇਜ਼ ਸ਼ਰਾਬ ਤੇ ਕਾਰੋਬਾਰੀਆਂ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਹਰੀਕੇ ਪੱਤਨ ਵਿਖੇ ਮੰਡ ਇਲਾਕੇ ਦੇ ਵਿੱਚ ਡਰੋਨ ਦੀ ਮਦਦ ਨਾਲ ਸਰਚ ਅਭਿਆਨ ਚਲਾਉਂਦਿਆਂ ਵੱਡੀ ਮਾਤਰਾ ਦੇ ਵਿੱਚ ਲਾਣ ਖਾਲੀ ਡਰੰਮ ਅਤੇ ਤਰਪਾਲਾਂ ਬਰਾਮਦ ਕੀਤੀਆਂ। ਪੁਲਿਸ ਨੂੰ ਮੌਕੇ ਤੇ ਦਰਿਆ ਪਾਰ ਕਰਨ ਲਈ ਰੱਖੀਆਂ ਕਿਸ਼ਤੀਆਂ ਵੀ ਉਹਨਾਂ ਵੱਲੋਂ ਬਰਾਮਦ ਕੀਤੀਆਂ ਗਈਆਂ। ਤਰਨਤਾਰਨ ਪੁਲਿਸ ਦੇ SP ਬਲਜੀਤ ਸਿੰਘ ਢਿੱਲੋਂ ਦੁਆਰਾ ਦੱਸਿਆ ਗਿਆ ਕਿ ਪੁਲਿਸ ਤੇ ਐਕਸਾਈਜ਼ ਵਿਭਾਗ ਦੇ ਇਸ ਸਾਂਝੇ ਆਪਰੇਸ਼ਨ ਦੌਰਾਨ 10 ਡਰੰਮ ਅਤੇ 10 ਤਰਪਾਲਾਂ ਵਿੱਚ ਪਾਈ ਲਾਹਣ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਮੌਕੇ ਤੇ 7 ਦੇ ਕਰੀਬ ਕਿਸ਼ਤੀਆਂ ਵੀ ਮਿਲੀਆਂ। ਜੁਆਇੰਟ ਆਪਰੇਸ਼ਨ ਸੀਗਾ, ਐਕਸਾਈਜ਼ ਡਿਪਾਰਟਮੈਂਟ ਦੇ ਨਾਲ ਮਿਲ ਕੇ ਅਸੀਂ ਕੀਤਾ ਸੀਗਾ ਔਰ ਇਸ ਆਪਰੇਸ਼ਨ ਦੇ ਵਿੱਚ ਅਸੀਂ ਵੱਖ ਵੱਖ ਟੀਮਾਂ ਬਣਾਈਆਂ ਸੀਗੀਆਂ। 2 ਸਾਡੇ DSP ਸੀਗੇ ਇਹਦੇ ਵਿੱਚ ਔਰ 4 SHO ਔਰ ਐਕਸਾਈਜ਼ ਦੀਆਂ ਜਿਹੜੀਆਂ ਟੀਮਾਂ ਸੀਗੀਆਂ ਉਹਨਾਂ ਨਾਲ ਮਿਲ ਕੇ ਅਸੀਂ ਇਹ ਰੇਡ ਜਿਹੜਾ ਸੀ ਕੰਡਕਟ ਕੀਤਾ ਸੀਗਾ। ਇਸ ਤੋਂ ਪਹਿਲਾਂ ਜਿਹੜੀ ਅਸੀਂ ਡਰੋਨ ਦੀ ਮਦਦ ਵੀ ਲਈ ਆ ਔਰ ਉਸ ਨਾਲ ਸਾਨੂੰ ਕਾਫੀ ਮਦਦ ਮਿਲੀ ਹੈ ਔਰ ਉਸ ਦੇ ਵਿੱਚ ਸਾਨੂੰ 10 ਡਰੰਮ ਜਿਹੜੇ ਨੇ ਲਾਹਣ ਦੇ ਔਰ 10 ਜਿਹੜੀਆਂ ਨੇ ਤਰਪਾਲਾਂ ਦੇ ਵਿੱਚ ਲਾਹਣ ਪਾਈ ਹੁੰਦੀ ਹੈ ਉਹ ਸਾਨੂੰ ਰਿਕਵਰ ਹੋਈ ਹੈ ਔਰ ਅਸੀਂ ਇਹਦੇ ਵਿੱਚ ਡਰੋਨ ਦੀ ਮਦਦ ਦੇ ਨਾਲ 5 ਲੋਕੇਸ਼ਨ ਜਿਹੜੀਆਂ ਸੀਗੀਆਂ ਉਹ ਅਸੀਂ ਆਈਡੈਂਟੀਫਾਈ ਕੀਤੀਆਂ ਸੀਗੀਆਂ। ਇਹ ਜਿਹੜਾ ਸਾਰਾ ਸਮਾਨ ਸਾਨੂੰ ਉੱਥੋਂ ਮਿਲਿਆ ਔਰ ਇਸ ਦੇ ਨਾਲ ਇਸ ਕੰਮ ਦੇ ਲਈ ਕਿਉਂਕਿ ਅੱਜ ਕੱਲ੍ਹ ਬਰਸਾਤੀ ਮੌਸਮ ਦੇ ਵਿੱਚ ਪਾਣੀ ਜਿਹੜਾ ਆ ਉਹ ਕਾਫੀ ਹੈ ਔਰ ਇਹ ਉਸ ਕੰਮ ਲਈ ਬੋਟ ਜਿਹੜੀਆਂ ਨੇ ਯੂਜ਼ ਕਰਦੇ ਨੇ ਉਹ ਜਿਹੜੀਆਂ ਬੋਟ ਨੇ ਉਹ ਅਸੀਂ 6 ਤੋਂ 7 ਜਿਹੜੀਆਂ ਨੇ ਬੋਟ ਵੀ ਰਿਕਵਰ ਕੀਤੀਆਂ ਨੇ। ਇਹ ਨਜਾਇਜ਼ ਤੌਰ 'ਤੇ ਰੱਖੀਆਂ ਨੇ ਕਿਉਂਕਿ ਉੱਥੇ ਕੋਈ ਖੇਤੀ ਦਾ ਤਾਂ ਕੋਈ ਇਸ ਤਰ੍ਹਾਂ ਦਾ ਲੱਗ ਨਹੀਂ ਰਿਹਾ ਕਿਉਂਕਿ ਸਾਰੇ ਜਗ੍ਹਾ ਜਿਹੜਾ ਆ ਉਹ ਦਰਿਆ ਦਾ ਪਾਣੀ ਆ ਜਾਂ ਸਰਕੰਡਾ ਆ ਤਾਂ ਇਹ ਇੱਕ ਤਰ੍ਹਾਂ ਦੀ ਮੇਰੇ ਖਿਆਲ ਲੀਗਲ ਜਿਹੜੀਆਂ ਨੇ ਇਹ ਯੂਜ਼ ਕਰ ਰਹੇ ਨੇ। ਆਉਣ ਵਾਲੇ ਟਾਈਮ ਦੇ ਵਿੱਚ ਵੀ ਜਿਹੜੀਆਂ ਰੇਟਸ ਨੇ ਇਹ ਕੰਟੀਨਿਊ ਰਹਿਣਗੀਆਂ ਔਰ ਇਸ ਤੋਂ ਪਹਿਲਾਂ ਵੀ ਜਿਹੜੀਆਂ ਨੇ ਉਹ ਕਾਫੀ ਰੇਟ ਜਿਹੜੀਆਂ ਨੇ ਡਿਸਟ੍ਰਿਕਟ ਦੇ ਵਿੱਚ ਚੱਲ ਰਹੀਆਂ ਨੇ ਔਰ ਅਸੀਂ ਇਸ ਨੂੰ ਇਸੇ ਹੀ ਤਰ੍ਹਾਂ ਜਿਹੜਾ ਆ ਉਹ ਜਾਰੀ ਰੱਖਾਂਗੇ। ਤਰਨਤਾਰਨ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ, ਲਾਈਵ ਭਾਰਤ।